ਕਰ ਕਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਕਰਦਾ ਸੀ ਪਰ ਪੈਸੇ ਲੈ ਕੇ ਕਰਦਾ ਸੀ ਪੂਰਾ ਮਾਫੀਆ ਸੀ ਔਰ ਹੁਣ ਔਰ ਇਹ ਗੱਲ ਕੋਈ ਮਤਲਬ ਨਵੀਂ ਸਾਹਮਣੇ ਆ ਗਈ ਜਾਂ ਕੋਈ ਨਵੀਂ ਚੀਜ਼ ਪਤਾ ਲੱਗ ਗਈ ਐਸਾ ਨਹੀਂ ਪਬਲਿਕ ਡੋਮੇਨ ਸੀ ਹਰ ਬੰਦੇ ਨੂੰ ਇਹ ਪਤਾ ਸੀ ਉਹਨਾਂ ਦੇ ਆਸ ਪਾਸ ਦੇ ਲੋਕਾਂ ਨੂੰ ਵੀ ਪਤਾ ਸੀ ਉਹਨਾਂ ਦੇ ਹਲਕੇ 'ਚ ਵੀ ਪਤਾ ਔਰ ਚੰਨੀ ਸਾਹਿਬ ਚਮਕੌਰ ਸਾਹਿਬ ਤੋਂ ਹਾਰ ਰਹੇ ਤੁਹਾਨੂੰ ਅੱਜ ਦੱਸ ਰਿਹਾ ਜਦੋਂ ਰਿਜ਼ਲਟ ਆਏਗਾ ਤੁਸੀਂ ਮੇਰੀ ਇਸ ਗੱਲ ਨੂੰ ਯਾਦ ਰੱਖੋਗੇ ਕਿ ਸੁਭਾਸ਼ ਸ਼ਰਮਾ ਨੇ ਕਿਹਾ ਸੀ ਚੰਨੀ ਸਾਹਿਬ ਹਾਰ ਰਹੇ ਹੈ ਚਮਕੌਰ ਸਾਹਿਬ ਤੋਂ ਔਰ ਉਸੇ ਹੀ ਹਾਰ ਦੀ ਬੁਖਲਾਹਟ ਕਰਕੇ ਉਹ ਭਦੌੜ ਗਏ ਪਰ ਉਹ ਦੌੜ ਕੰਮ ਨਹੀਂ ਆਉਣੀ ਉਹ ਦੌੜ ਜਿਹੜੀ ਹੈ ਭਦੌੜ 'ਚ ਜਾ ਕੇ ਵੀ ਹਾਰਨਾ ਹੈ ਉਹਨਾਂ ਨੇ ਲੇਕਿਨ ਪੰਜਾਬ ਦੀ ਜਨਤਾ ਨੇ ਦੇਖਿਆ ਕਿ ਕਿਸ ਬੇਸ਼ਰਮੀ ਨਾਲ ਲੁੱਟਿਆ ਜਾ ਰਿਹਾ ਸੀ ਜਨਤਾ ਜਵਾਬ ਦੇ ਟੀਵੀ ਦਾ ਰੇਡ ਹੋਇਆ ਚੰਨੀ ਸਾਹਿਬ ਦੇ ਸਾਲੀ ਦੇ ਮੁੰਡੇ ਨੂੰ ਸਿੱਧੇ ਤੌਰ 'ਤੇ ਖਾਵਾਂ 325 ਕਰੋੜ ਰੁਪਈਆ ਬਦਲੀਆਂ ਦਾ ਤੁਹਾਨੂੰ ਵੀ ਲੱਗਦਾ ਕਿ ਜਿਹੜਾ 111 ਦਿਨ ਦਾ ਟਾਈਮ ਸੀ ਉਹ ਬਦਲੀਆਂ ਔਰ ਬਦਲੇ 'ਚ ਨਿਕਲ ਗਿਆ ਐਪੀਰੈਂਟਲੀ ਤਾਂ ਇਹੀ ਲੱਗ ਰਿਹਾ ਜੀ ਮੈਂ ਈਡੀ ਦੀ ਜਾਂਚ 'ਚ ਕੀ ਹੋਇਆ ਉਹ ਤਾਂ ਈਡੀ ਜਦੋਂ ਰਿਪੋਰਟ ਰੱਖੇਗੀ ਜਨਤਕ ਕਰੇਗੀ ਫਿਰ ਹੀ ਧਿਆਨ 'ਚ ਆਏਗਾ ਲੇਕਿਨ ਇੱਕ ਗੱਲ ਪੱਕੀ ਹੈ ਕਿ ਭ੍ਰਿਸ਼ਟਾਚਾਰ ਦੇ ਕਈ ਰਿਕਾਰਡ ਚੰਨੀ ਸਾਹਿਬ ਨੇ ਤੋੜੇ 9 ਦਿਨ ਦੇ ਬਾਅਦ ਖਾਧਾ ਜਾਂਦੇ ਬੀਜੇਪੀ ਦੀ ਕੀ ਸੰਭਾਵਨਾ ਲੱਗਦੀ ਦੇਖੋ ਪੰਜਾਬ ਦੀ ਜਨਤਾ ਇਸ ਵਾਰ ਦੇਸ਼ ਨੂੰ ਔਰ ਦੁਨੀਆਂ ਨੂੰ ਹੈਰਾਨ ਕਰਨ ਵਾਲੀ ਜਦੋਂ ਇਲੈਕਸ਼ਨ ਸ਼ੁਰੂ ਹੋਣਾ ਸੀ ਤਾਂ ਲੋਕ ਮੰਨਦੇ ਸੀ ਕਿ ਬੀਜੇਪੀ ਤਾਂ ਕਿਤੇ ਹੈ ਹੀ ਨਹੀਂ ਬੀਜੇਪੀ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਿਆ ਜਾਂਦਾ ਸੀ ਮੈਂ ਪੰਜਾਬੀ 'ਚ ਕਹਾਂ ਲੇਕਿਨ ਅੱਜ ਬੀਜੇਪੀ ਪੰਜਾਬ ਦੇ ਇਲੈਕਸ਼ਨ ਦੀ ਬੜੀ ਸੀਰੀਅਸ ਕੰਟੈਂਡਰ ਹੈ ਔਰ ਨਾ ਸਿਰਫ ਸ਼ਹਿਰੀ ਸੀਟਾਂ ਪੇਂਡੂ ਸੀਟਾਂ ਅੰਦਰ ਵੀ ਜਿਸ ਤੇਜ਼ੀ ਨਾਲ ਬੀਜੇਪੀ ਦੇ ਪਕਸ਼ 'ਚ ਹਵਾ ਚੱਲ ਰਹੀ ਹੈ ਜਿਸ ਤੇਜ਼ੀ ਨਾਲ ਮਾਲਵਾ ਦੇ ਅੰਦਰ ਮਾਝਾ ਦੁਆਬਾ ਤੇ ਬੀਜੇਪੀ ਦਾ ਪਹਿਲਾਂ ਹੀ ਸਟਰੋਂਗ ਹੋਲਡ ਸੀਗਾ ਅਰਬਨ ਏਰੀਆਜ਼ ਬੀਜੇਪੀ ਦੇ ਪਹਿਲਾਂ ਹੀ ਬੜੇ ਸਟਰੋਂਗ ਹੋਲਡ ਸੀਗੇ ਪਰ ਸਾਨੂੰ ਉਮੀਦ ਸੀ ਕਿ ਜੇ ਅੱਛਾ ਕਰਾਂਗੇ ਲੇਕਿਨ ਜਿਸ ਤੇਜ਼ੀ ਨਾਲ ਮਾਲਵੇ 'ਚ ਮੈਨੂੰ ਰਿਪੋਰਟਸ ਆ ਰਹੀਆਂ ਮੈਂ ਦੌਰਾ ਕਰਕੇ ਆਇਆ ਮਾਲਵੇ ਦਾ ਮੈਂ ਦੌਰਾ ਕਰਕੇ ਆਇਆ ਪੇਂਡੂ ਸੀਟਾਂ ਦਾ ਜਿੰਨਾ ਅੱਛਾ ਸਾਡੇ ਕੈਂਡੀਡੇਟਸ ਉੱਥੇ ਕੈਂਪੇਨ ਕਰ ਰਹੇ ਔਰ ਜਿੰਨਾ ਉਹਨਾਂ ਨੂੰ ਹੁੰਗਾਰਾ ਅਤੇ ਹੁਲਾਰਾ ਮਿਲ ਰਿਹਾ ਹੈ ਮੈਨੂੰ ਲੱਗਦਾ ਕਿ ਸਾਨੂੰ ਵੀ ਹੈਰਾਨੀ ਹੋਣੀ ਜਦੋਂ ਰਿਜ਼ਲਟ ਆਏਗਾ ਸੀਟਾਂ ਦੀ ਉਮੀਦ ਮੰਗ ਕੇ ਕਰਦੇ ਹਾਂ ਤੁਹਾਡੇ ਅਲਾਇੰਸ ਨੂੰ ਐਨਡੀਏ ਅਲਾਇੰਸ ਨੂੰ ਕਿੰਨੀਆਂ ਸੀਟਾਂ ਤੁਸੀਂ ਮੈਨੀਫੈਸਟੋ ਵੀ ਜਾਰੀ ਕੀਤਾ ਜੀ ਔਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤੁਹਾਨੂੰ ਅਨਐਕਸਪੈਕਟਡ ਸਪੋਰਟ ਮਿਲ ਰਹੀ ਹੈ ਉਹ ਦਿਖ ਵੀ ਰਿਹਾ ਕਿ ਬੀਜੇਪੀ ਨੂੰ ਸਪੋਰਟ ਮਿਲ ਰਹੀ ਹੈ ਗਰਾਊਂਡ 'ਤੇ ਵੀ ਦਿਖ ਰਿਹਾ ਕਿੰਨੀਆਂ ਸੀਟਾਂ ਐਕਸਪੈਕਟ ਕਰਦੇ ਹਾਂ ਦੇਖੋ ਅੱਜ ਨੰਬਰ ਦਾ ਕਹਿਣਾ ਤਾਂ ਉਹਨਾਂ ਸਹੀ ਨਹੀਂ ਹੋਏਗਾ ਹਲੇ ਇਲੈਕਸ਼ਨ ਨੂੰ 8 ਦਿਨ ਪਏ ਔਰ ਆਖਰੀ 16-17 ਤੱਕ ਆ ਕੇ ਕਲੈਰਿਟੀ ਹੋਏਗੀ ਸਾਨੂੰ ਵੀ ਲੇਕਿਨ ਮੈਨੂੰ ਇਹ ਲੱਗਦਾ ਕਿ ਭਾਜਪਾ ਔਰ ਗੱਠਜੋੜ ਜਿਹੜਾ ਹੈ ਇਹ ਪੂਰਨ ਬਹੁਮਤ 'ਤੇ ਪਹੁੰਚੇਗਾ ਤੁਸੀਂ ਆਪਣਾ ਫਾਈਟ ਕਿਹਦੇ ਨਾਲ ਮੰਨ ਕੇ ਚੱਲਦੇ ਹੋ ਕਾਂਗਰਸ ਨਾਲ ਕਿਆ ਮੰਨ ਕੇ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਹੈ ਅਲੱਗ ਅਲੱਗ ਕੌਨਸਟੀਚੁਐਂਸੀ ਟੂ ਕੌਨਸਟੀਚੁਐਂਸੀ ਡਿਫਰ ਕਰ ਰਿਹਾ ਪਹਿਲਾ ਇਲੈਕਸ਼ਨ ਆ ਰਕੇਸ਼ ਜੀ ਕਿ ਹਰੇਕ ਕੌਨਸਟੀਚੁਐਂਸੀ 'ਚ ਡਿਫਰੈਂਟ ਇਲੈਕਸ਼ਨ ਹੋ ਰਿਹਾ ਕਿਹੜਾ ਫੈਕਟਰ ਹੈ ਪੰਜਾਬ ਦੇ ਅੰਦਰ ਤੁਹਾਨੂੰ ਲੱਗਦਾ ਕਿ ਡੇਰਾ ਸੱਚਾ ਸੌਦਾ ਅਲਟੀਮੇਟਲੀ ਬੀਜੇਪੀ ਵੱਲ ਜਾਏ ਦੇਖੋ ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਔਰ ਸਾਡੀ ਪਾਰਟੀ ਇਸ ਗੱਲ 'ਚ ਵਿਸ਼ਵਾਸ ਰੱਖਦੀ ਹੈ ਕਿ ਅਸੀਂ ਹਰੇਕ ਪੰਜਾਬੀ ਤੋਂ ਕਿਸੇ ਵੀ ਵਰਗ ਦਾ ਹੈ ਕਿਸੇ ਵੀ ਖਿੱਤੇ ਦਾ ਹੈ ਕਿਸੇ ਵੀ ਜਾਤੀ ਦਾ ਹੈ ਅਸੀਂ ਉਹਨੂੰ ਪਾਰਟੀ ਦੀ ਨੀਤੀ ਬਾਰੇ ਦੱਸੀਏ ਪਾਰਟੀ ਦੇ ਵਿਚਾਰ ਬਾਰੇ ਦੱਸੀਏ ਜੋ ਸਾਡਾ ਗੁੱਡ ਗਵਰਨੈਂਸ ਦਾ ਰਿਕਾਰਡ ਉਹਦੇ ਬਾਰੇ ਦੱਸੀਏ ਔਰ ਜਨਤਾ ਦਾ ਸਮਰਥਨ ਲਈਏ ਜਨਤਾ ਸਾਡੇ ਨਾਲ ਹੈ ਮੈਂ ਕਿਸੇ ਇੱਕ ਪਰਟੀਕੁਲਰ ਸੈਕਟਰ ਦੀ ਗੱਲ ਨਹੀਂ ਕਰਨੀ ਹੈ ਓਵਰਆਲ ਪੰਜਾਬ ਦੇ ਅੰਦਰ ਜਨਤਾ ਜਿਹੜੀ ਉਹ ਬੀਜੇਪੀ ਵੱਲ ਦੀ ਕੈਪਟਨ ਸਾਹਿਬ ਦੇ ਨਾਲ ਅਲਾਇੰਸ ਕੀਤਾ ਹੈ ਔਰ ਬੀਜੇਪੀ ਪਹਿਲੀ ਵਾਰ 69 ਸੀਟ 'ਤੇ ਇਲੈਕਸ਼ਨ ਲੜ ਰਹੀ ਹੈ ਔਰ ਕੈਪਟਨ ਸਾਹਿਬ ਦੇ ਕੁਛ ਜਿਹੜੇ ਉਮੀਦਵਾਰ ਨੇ ਆਤਮ ਨਗਰ ਤੋਂ ਮਿੱਤਲ ਸਾਹਿਬ ਨੇ ਉਹ ਵੀ ਤੁਹਾਡੇ ਸਿੰਬਲ 'ਤੇ ਇਲੈਕਸ਼ਨ ਲੜ ਰਹੇ ਤੁਹਾਨੂੰ ਵੀ ਲੱਗਦਾ ਕੈਪਟਨ ਸਾਹਿਬ ਦੇ ਆਉਣ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਇਆ ਬਹੁਤ ਫਾਇਦਾ ਹੋਇਆ ਦੇਖੋ ਪੰਜਾਬ ਦੇ ਅੰਦਰ ਨਾ ਇੱਕ ਸ਼ਾਂਤੀ ਭਾਈਚਾਰਾ ਨੈਸ਼ਨਲ ਸਿਕਿਉਰਿਟੀ ਬੜਾ ਵੱਡਾ ਮੁੱਦਾ ਹਮੇਸ਼ਾ ਤੋਂ ਰਿਹਾ ਪੰਜਾਬ ਦੇ ਲੋਕਾਂ ਨੇ ਬੜਾ ਸੰਤਾਪ ਝੱਲਿਆ ਔਰ ਉਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਵਾਪਸ ਉਸ ਦੌਰ 'ਚ ਨਹੀਂ ਜਾਣਾ ਚਾਹੀਦਾ ਪ੍ਰਾਈਮ ਮਿਨਿਸਟਰ ਸਿਰਫ ਹਿੰਦੂ ਕਮਿਊਨਿਟੀ ਦੇ ਆਈਕੋਨ ਨਹੀਂ ਪ੍ਰਾਈਮ ਮਿਨਿਸਟਰ ਸਮੂਹ ਪੰਜਾਬੀਆਂ ਦੇ ਆਈਕੋਨ ਨਿਸ਼ਚਿਤ ਰੂਪ ਨਾਲ ਹਿੰਦੂ ਭਾਈਚਾਰਾ ਵੀ ਉਹਨਾਂ ਨੂੰ ਪਸੰਦ ਕਰਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਰਾ ਭਰਮ ਫੈਲਾਉਣ ਦੇ ਬਾਵਜੂਦ ਪੰਜਾਬ ਦਾ ਸਿੱਖ ਭਾਈਚਾਰਾ ਵੀ ਮੋਦੀ ਸਾਹਿਬ ਨੂੰ ਬਹੁਤ ਪਸੰਦ ਕਰਦਾ ਪਿਛਲਾ ਇਲੈਕਸ਼ਨ ਜੋ ਜਿਹੜਾ 2017 'ਚ ਲੜਿਆ ਗਿਆ ਸੀ ਉਹਦੇ ਵਿੱਚ ਵੀ ਕੋਈ ਲਹਿਰ ਨਹੀਂ ਸੀ ਜਿੱਦਾਂ ਅਸੀਂ ਦੇਖਿਆ ਲੇਕਿਨ ਫਿਰ ਵੀ ਉਹਦੇ ਬਾਵਜੂਦ ਕਾਂਗਰਸ 70 ਸੀਟਾਂ ਦਿੱਤੀ ਐਤਕੀ ਲਹਿਰ ਹੈ ਕੋਈ ਪਿਛਲੀ ਵਾਰੀ ਵੀ ਲਹਿਰ ਸੀਗੀ ਇਹ ਗਾਣਾ ਗਲਤ ਹੈ ਕਿ ਪਿਛਲੀ ਵਾਰ ਲਹਿਰ ਨਹੀਂ ਸੀ ਪਿਛਲੀ ਵਾਰ ਅਕਾਲੀ ਭਾਜਪਾ ਗੱਠਜੋੜ ਦੇ ਖਿਲਾਫ ਲਹਿਰ ਸੀ ਮੈਂ ਭਾਰਤੀ ਜਨਤਾ ਪਾਰਟੀ ਦਾ ਜਨਰਲ ਸਕੱਤਰੀ ਹਾਂ ਔਰ ਬੜੀ ਜ਼ਿੰਮੇਦਾਰੀ ਨਾਲ ਤੁਹਾਨੂੰ ਇਹ ਗੱਲ ਕਹਿ ਰਹੇ ਕਿ ਸਾਡੀ ਸਰਕਾਰ ਦੇ ਖਿਲਾਫ ਲਹਿਰ ਸੀ ਉਸ ਲਹਿਰ ਦਾ ਲਾਭ ਕਾਂਗਰਸ ਨੂੰ ਮਿਲਿਆ ਔਰ ਦੂਸਰੀ ਲਹਿਰ ਵੀ ਸੀ ਉਹ ਕੈਪਟਨ ਸਾਹਿਬ ਦੀ ਲਹਿਰ ਸੀ ਅਗਰ ਕਾਂਗਰਸ ਕੈਪਟਨ ਤੋਂ ਬਿਨਾਂ ਚੁਣਾਵ ਲੜਦੀ ਤਾਂ ਕਾਂਗਰਸ ਕਦੀ ਸੱਤਾ 'ਚ ਨਾ ਆਉਂਦੀ ਉਹ ਜਿਹੜੀ ਸਰਕਾਰ ਬਣੀ ਸੀ ਅੱਜ ਕਾਂਗਰਸ ਭੁੱਲ ਜਾਏ
लेकिन उस सरकार कैप्टन की सरकार सी। स्लोगन की सी कॉफी विद कैप्टन, स्लोगन की सी कैप्टन की सरकार। पूरे पंजाब जी कैंपेन चल रही थी कैप्टन की सरकार चल रही थी, लोगों ने कैप्टन अमरिंदर सिंह चुनिया। दलित चेहरा अनाउंस किया कांग्रेस ने, दलित मूवमेंट काफ़ी हो गया। तो लगता कि कांग्रेस दे कांग्रेस ने दलित चेहरा अनाउंस करने के बाद कांग्रेस में कुछ फायदा होया? अपेरेंटली शुरू च ऐसा लगता है कि चन्नी साहब के बनने नाल फायदा होएगा कांग्रेस में, और लग भी रहा है जिस तरह का उन्होंने पोस्टिंग की कॉमन मैन सीएम की, जिस तरह उन्होंने आम आदमी बनने का एक मैं कह ड्रामा ही किया, परपंच ही रचिया। हौली हौली वो सारा जिन्होंने कहते ना बनावती चेहरे उखड़ जाते हैं, अल्टीमेटली वो चेहरे तो उन्होंने रंग उतरता गया हौली हौली, और इस वेले वो प्रतीक ने भ्रष्टाचार। कांग्रेस कहना चाह रही है कि दलित भाईचारा, दलित भाईचारा भी ये सोचता है कि साढ़े बच्चों तो 8-10 हज़ार की कॉन्ट्रैक्ट की नौकरी भी नहीं मिलती, जे कि मिली हुई है तो पक्का नहीं हुंदा, और जो डिमांडा लैके जाते हैं तो सरकार डांगा मारती है। तो चन्नी साहब के भांजे को 10 करोड़ रुपया कैश तो 12 लाख की रौलक्स या कड़ियाँ कितों आई हैं? सो मैं लगता नहीं कि पंजाब का जो दलित समाज है वो कोई बहुत इस गल पसंद कर रहा है, कोई फायदा नहीं होने वाला। इसे तो सानू बहुत विश्वास है कि बीजेपी की सरकार बनेगी, साडे गठजोड़ की सरकार बनेगी, पर अगर कोई कमी रह गई तो निश्चित रूप में तुम्हें दस दें असी ओपोजिशन बैठना पसंद करांगे, अकाली दल मिलकर सरकार नहीं बनाएंगे। सरकारी मशीनरी लगता है कि इस वेले न्यूट्रल है पंजाब दे विच? देखो अनफॉर्चुनेटली रकेश जी, तुसी तो बहुत तुहाडा लंबा कैरियर है जर्नलिज्म दा, तुहाडा बहुत लंबा कैरियर है, तुसी पंजाब नू बहुत लंबे समय तो देख रहे हो, इवॉल्व हुंदे देख रहे हो। पंजाब जिहड़ी ब्यूरोक्रेसी है ना वो तो बहुत डिकलाइन हो गया, साढ़े डीसी साढ़े SSP, मैं बड़ी निराशा होंगी है जो मैं पिछले 1.5-2 साल बड़े करीब कई घटनावां च उन्होंने देखा, उन्होंने देख के उन्होंने व्यवहार में देख के लगता ही नहीं कि वो DC और SSP नहीं, वो इन्ने हैल्पलैस ने, वो इन्ने पोलीटिकल स्टूज बने हुए हैं, MLA के मंत्रियों के हाथों की कठपुतली बने हुए हैं। ना उन्होंने इस गल की कोई चिंता है कि असी सौ खा करके आए सी संविधान की, असी कोई संविधान की पालना करनी है, असी IAS हैं असी IPS हैं। और बहुत अनफॉर्चुनेट है, तुम्हें दसा बहुत बड़ा पंजाब का जरा नुकसान हो रहा है वो इस एटीट्यूड करके भी हो रहा है, जो साड़ी सरकार आई असं इस कल्चर को बदला। अमृतसर ईस्ट की लगभग विश के वाल मजीठे वाल की सिद्धू वाल दोनों हारणगे? देखो सिद्धू प्रतीक है अहंकार का, और अहंकार का सिर नीवा, गुरबाणी च भी लिखा है अहंकारी आदमी का सिर नीवा होना है, सिद्धू अहंकार का प्रतीक है। और विक्रम मजीठिया जरा जानते ही हो, वो अमृतसर कोई बहुत पसंदीदा फिगर नहीं है, करैक्टर नहीं है, अमृतसर शहर के लोग कोई बहुत उन्होंने पसंद नहीं करते, और तुम्हें पता चल जाएगा छेती हुई कि जोड़ा बाहुबली का जोड़ा वो है ज़्यादा चलना नहीं है। सुभाष जी BJP के मेन जिन्होंने कहा जाता है कि रणनीतिकार, और जिन्होंने फेस किया किसान अंदोलन भी और किसानों के अंदोलन के दौरान